ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਮੂੰਹ ਨਹੀਂ ਦੱਸਣਾ ਜੀ ਮੈਂ ਕਿਆ ਕੰਮ ਕਰਨਾ, ਬਾਕੀ ਜਿੰਨੇ ਮੁਲਾਜ਼ਮ ਹੈਗੇ ਆ ਜਾਂ ਜੋ ਮੈਂ ਕਾਰਜਕਾਰੀ ਦੁਆਰਾ ਕੰਮ ਕੀਤੇ ਆ ਉਹ ਮੁਲਾਜ਼ਮਾਂ ਨੂੰ ਪਤਾ। ਮੈਨੂੰ ਸ਼ੌਕ ਆ, ਠੀਕ ਆ, ਮੈਂ ਕੰਮ ਕਰ, ਮੈਂ ਆਪ ਜ਼ਿਮੀਦਾਰ ਹਾਂ ਕਿ ਕਈ ਕੰਮ ਜ਼ਿਮੀਦਾਰਾਂ ਨੂੰ ਨਹੀਂ ਪਤਾ ਸੀਗਾ, ਜਿੱਦਾਂ ਖੰਡ ਆ ਜ਼ਿਮੀਦਾਰ ਨੂੰ ਪਹਿਲੇ ਦਿਨ ਤੋਂ ਮਿਲਣੀ ਸ਼ੁਰੂ ਹੋ ਜਾਵੇ, ਉਹ ਪਿਛਲੇ ਸਾਲ ਮਿਲਣੀ ਸ਼ੁਰੂ ਹੋ ਗਈ ਸੀ ਜੀ। ਛੋਟੇ ਛੋਟੇ ਕੰਮ ਆ, ਦਵਾਈ ਆ ਲਿਆ ਕੇ ਰੱਖੀ ਆ, ਦਵਾਈ ਟਾਈਮ ਸਿਰ ਮਿਲ ਗਈ ਆ, ਇਹ ਛੋਟੇ ਛੋਟੇ ਕੰਮ ਆ। ਜਿੱਦਾਂ ਜਿਵੇਂ ਪੇਮੈਂਟ ਸੀ 80% ਦਸੰਬਰ 'ਚ ਪੂਰਾ ਹੋ ਗਿਆ ਸੀਗਾ, ਪਿਛਲੇ ਸਾਲ 80% ਦਸੰਬਰ 'ਚ ਪੇਮੈਂਟ ਪਾ ਦਿੱਤੀ ਗਈ, ਜਿਹੜੀ ਦੋ ਦੋ ਸਾਲ ਡੇਢ ਸਾਲ ਨਹੀਂ ਪੈਂਦੀ ਸੀ। ਇਸ ਕਰਕੇ ਅਸੀਂ ਲੜ ਕੇ ਇੱਥੇ ਆਏ ਹਾਂ, ਆਪਣੇ ਹਿੱਤਾਂ ਦੇ ਆਏ ਹਾਂ, ਜ਼ਿਮੀਦਾਰਾਂ ਦੇ ਹਿੱਤਾਂ ਲਈ ਆਏ ਹਾਂ। ਇਹ ਕੰਮ ਅਸੀਂ ਬਹੁਤ ਵਧੀਆ ਖੂਬ ਦਵਾਵਾਂਗੇ। ਚੋਣ ਹੋਈ ਹੈ ਇਹਦੇ ਵਿੱਚ ਕਿ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਕਿ ਇਹ ਚੋਣ ਦਾ ਨਤੀਜਾ ਆਇਆ, ਸਾਡੇ ਪ੍ਰਧਾਨ ਜੀ ਬੱਲੂ ਜੀ ਔਰ ਸਰਹਾਰ ਸਾਹਿਬ, ਬਾਦ ਸਾਹਿਬ, ਸਤਵੀਰ ਜੀ, ਸਾਰਿਆਂ ਨੇ ਰਲ ਕੇ ਜਿਹੜਾ ਕਿ ਉਪਰਾਲਾ ਕਰਕੇ ਇੱਕਜੁੱਟ ਕਰਕੇ ਸਾਰਿਆਂ ਨੂੰ ਡਾਇਰੈਕਟਰਾਂ ਨੂੰ ਇਹ ਚੋਣ ਕੀਤੀ ਹੈ। ਇਹ ਜਿਹੜੀ ਚੋਣ ਹੋਈ ਹੈ ਇਹਦੇ ਤੋਂ ਲੱਗਦਾ ਹੈ ਕਿ ਇਹ ਸਾਡੀ ਜਿਹੜੀ ਆਮ ਆਦਮੀ ਪਾਰਟੀ ਹੈ, ਜਿਹੜੀ ਆਮ ਲੋਕਾਂ ਦੀ ਪਾਰਟੀ ਹੈ, ਆਮ ਲੋਕਾਂ ਦੇ ਹਿੱਤ ਵਿੱਚ ਖੜੀ ਹੈ। ਔਰ ਇਹਨਾਂ ਨੂੰ ਸਾਰਿਆਂ ਦੀ ਆਮ ਪਾਰਟੀ ਦੀਆਂ ਜਿਹੜੀਆਂ ਗਤੀਵਿਧੀਆਂ ਉਹਨਾਂ ਨੂੰ ਦੇਖਦੇ ਹੋਏ ਸਾਰਿਆਂ ਨੇ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ। ਮੈਂ ਆਸ ਉਮੀਦ ਕਰਦੀ ਹਾਂ ਕਿ ਜਿਹੜੇ ਇੱਥੇ ਆਪਣੀ ਚੋਣ ਹੋਈ ਹੈ ਇਹ ਅੱਛੇ ਢੰਗ ਸਿਰ ਕੰਮ ਕਰਨਗੇ, ਔਰ ਜਿੰਨਾ ਸਟਾਫ ਹੈ ਸਾਰਾ ਸ਼ੂਗਰ ਮਿਲ ਦਾ ਉਹ ਵੀ ਬਹੁਤ ਅੱਛੇ ਢੰਗ ਸਿਰ ਕੰਮ ਕਰਦਾ। ਅਗਰ ਇਹਨਾਂ ਨੂੰ ਇਹ ਆਪਣਾ ਕੰਮ ਵੀ ਕਰਨਗੇ, ਅਗਰ ਇਹਨਾਂ ਨੂੰ ਕਿਸੇ ਵਕਤ ਵੀ ਕਿਸੇ ਜਗ੍ਹਾ ਮੇਰੀ ਜ਼ਰੂਰਤ ਹੋਈ, ਸਾਡੀ ਆਮ ਆਦਮੀ ਪਾਰਟੀ ਦੀ ਜ਼ਰੂਰਤ ਹੋਈ ਤਾਂ ਇਹ ਮੈਨੂੰ ਦੱਸਣਗੇ, ਮੈਂ ਹਰ ਹਾਲਤ 'ਚ ਇਹਨਾਂ ਦੇ ਨਾਲ ਖੜ੍ਹੀ ਹਾਂ। ਔਰ ਮੈਂ ਇਹ ਇਹਨਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਸਾਰੇ ਰਲ ਮਿਲ ਕੇ ਜਿਹੜੀ ਕਿ ਇਹ ਸ਼ੂਗਰ ਮਿਲ ਹੈ ਜਿਹੜੀ ਕਿ ਇਸ ਨੂੰ ਅੱਛੇ ਢੰਗ ਸਿਰ ਚਲਾਉਣ, ਤਾਂ ਕਿ ਸਾਡੇ ਨਵਾਂਸ਼ਹਿਰ ਜ਼ਿਲ੍ਹੇ ਦਾ ਜਿਹੜਾ ਹੈ ਨਾਂ ਰੋਸ਼ਨ ਹੋਵੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਹਾਨੂੰ ਸਾਰਿਆਂ ਨੂੰ ਵਧਾਈ ਇਸ ਗੱਲ ਦੀ ਮੈਂ ਅੱਜ ਦਿੰਦੀ ਹਾਂ, ਔਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੜੀ ਖੁਸ਼ੀ ਦੀ ਗੱਲ ਹੈ ਕਿ ਇੰਨੇ ਅੱਛੇ ਹਾਲਾਤ ਵਿੱਚ ਜਿਹੜੀ ਇਲੈਕਸ਼ਨ ਹੋਈ ਆ। ਦੂਜੀ ਮੈਂ ਜਿਸ ਤਰ੍ਹਾਂ ਪਹਿਲਾਂ ਬੱਲੂ ਜੀ ਨੇ ਕਿਹਾ ਕਿ ਇਹ ਇਕੱਲੇ ਚੇਅਰਮੈਨ ਸਾਹਿਬ, ਤੁਸੀਂ ਕਿ ਚੇਅਰਮੈਨ ਹੀ, ਇਹ 5 ਚੇਅਰਮੈਨ ਆ, ਤੁਸੀਂ ਤਾਂ ਇਹਨਾਂ ਦੇ ਅੱਗੇ ਲੀਡਰ ਹੈਗੇ ਆ। ਇਸ ਕਰਕੇ ਇਹਨਾਂ ਦਾ ਸਤਿਕਾਰ, ਇਹਨਾਂ ਦਾ ਮਾਣ, ਇੱਜ਼ਤ ਮਾਣ, ਤੁਹਾਡਾ ਕੰਮ ਹੈ, ਬਾਕੀ ਠੀਕ ਆ। ਮਿਲ ਜੋ ਕਿਤੇ ਹੁਣ ਤਾਂ ਜੀਆਂ ਆਉਂਦੀਆਂ ਜ਼ਿਮੀਦਾਰਾਂ ਦੇ ਹੱਕ 'ਚ ਆਪਾਂ ਡਟ ਕੇ ਖੜ੍ਹਨਾ, ਔਰ ਜ਼ਿਮੀਦਾਰਾਂ ਦੇ ਹੱਕ 'ਚ ਹਰ ਪੱਖ ਲੜਾਈ ਲੜਨੀ। GM ਸਾਹਿਬ ਬੜੇ ਵਧੀਆ ਸ਼ਰੀਫ ਬੰਦੇ ਨੇ, ਉਹ ਵੀ ਇਹ ਵੀ ਜਿਸ ਤਰ੍ਹਾਂ ਕਹਿੰਦੇ ਵੀ ਬਦਲੀ ਕਰਾਉਣ ਨੂੰ ਫਿਰਦੇ ਆ, ਬੈਠੇ ਨੇ ਬੱਲੂ ਸਾਹਿਬ, ਬਦਲੀ ਨਹੀਂ ਹੁੰਦੀ, ਕੋਈ ਗੱਲ ਨਹੀਂ। ਸੋ ਇਸ ਲਈ ਮੈਂ ਸਭ ਨੂੰ ਵਧਾਈ ਦਿੰਦਾ, ਸਾਰੇ ਡਾਇਰੈਕਟਰ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇੱਕ ਜਿਹੜੀ ਸ਼ੂਗਰ ਮਿੱਲ ਹੈ ਸਾਡੇ ਦੁਆਬੇ ਦਾ ਬਹੁਤ ਵੱਡਾ ਆਧਾਰ ਹੈ। ਸਾਡੇ ਮਤਲਬ ਇਸ ਦੁਆਬੇ ਦੇ ਵਿੱਚ ਜਿੰਨੇ ਬਹੁਤ ਸਾਰੇ ਲੋਕ ਜਿਹੜੇ ਇਹਦੇ ਇੰਪਲਾਈ ਵੀ ਆ, ਔਰ ਜਿਹੜੇ ਕਿਸਾਨ ਆ ਇੱਥੋਂ ਬਹੁਤ ਜ਼ਿਆਦਾ ਫਾਇਦਾ ਲੈਂਦੇ ਆ, ਔਰ ਇਸ ਅਦਾਰੇ ਦੇ ਵਿੱਚ ਹਮੇਸ਼ਾ ਹੀ ਚੰਗੇ ਤਰੀਕੇ ਨਾਲ ਕੰਮ ਚੱਲਦਾ ਰਹੇ। ਉਹਦੇ ਲਈ ਜਿਹੜੀ ਅੱਜ ਇੱਕ ਸ਼ੂਗਰ ਮਿੱਲ ਦੇ ਡਾਇਰੈਕਟਰ ਸਾਹਿਬਾਨ ਦੀ ਮੀਟਿੰਗ ਹੋਈ, ਉਹਦੇ 'ਚ ਚੇਅਰਮੈਨ ਸੋਹਣ ਸਿੰਘ ਉੱਪਲ ਜੀ ਨੂੰ ਅਤੇ ਸੀਨੀਅਰ ਵਾਈਸ ਚੇਅਰਮੈਨ ਜਿਹੜੇ ਹਰੀਪਾਲ ਸਿੰਘ ਜਾੜਲੀ, ਔਰ ਨਾਲ ਸ਼ੂਗਰ ਫੈਡ ਦੇ ਜਿਹੜੇ ਨੁਮਾਇੰਦਾ ਬਣਾਏ ਗਏ ਆ ਸਰਤਾਜ ਸਿੰਘ ਜੀ, ਜੂਨੀਅਰ ਜਿਹੜੇ ਆਪਣੇ ਸਾਧਪੁਰ ਤੋਂ ਮੈਡਮ ਹੈਗੇ, ਇਹਨਾਂ ਨੂੰ ਸਾਰਿਆਂ ਨੂੰ ਅਸੀਂ ਸਾਰੇ ਇਕੱਠੇ ਹੋ ਕੇ ਵਧਾਈ ਦਿੰਦੇ ਹਾਂ, ਔਰ ਬਹੁਤ ਵਧੀਆ ਤਰੀਕੇ ਨਾਲ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਬਾਦ ਸਾਹਿਬ ਆਏ ਹੈ। ਮੈਡਮ ਸੰਤੋਸ਼ ਕਟਾਰੀਆ ਜੀ, MLA ਸਾਹਿਬ ਆਏ ਆ, ਲਲਿਤ ਮੋਹਨ ਪਾਠਕ ਬੱਲੂ ਜੀ, ਕੁਲਜੀਤ ਸਹਾਲ ਜੀ, ਜਿੰਨੇ ਵੀ ਸਾਡੇ ਲੀਡਰ ਸਾਹਿਬਾਨ ਆਏ ਹੈ, ਖਾਲਸਾ ਸਾਹਿਬ, ਜਿੰਨੀਆਂ ਵੀ ਸ਼ਖਸੀਅਤਾਂ ਆਈਆਂ, ਔਰ ਸਾਰਿਆਂ ਨੇ ਸਿਰ ਜੋੜ ਕੇ ਇਕੱਠੇ ਹੋ ਕੇ ਵਧੀਆ ਤਰੀਕੇ ਨਾਲ ਇਸ ਚੋਣ ਨੂੰ ਨਪੇਰੇ ਚੜ੍ਹਾਇਆ, ਉਹ ਸਾਰੇ ਵਧਾਈ ਦੇ ਹੱਕਦਾਰ ਹੈ। ਬਹੁਤ ਬਹੁਤ ਧੰਨਵਾਦ। ਅੱਜ ਸ਼ੂਗਰ ਮਿੱਲ ਨਵਾਂਸ਼ਹਿਰ ਦੀ ਜਿਹੜੀ ਚੋਣ ਹੋਈ ਆ ਉਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਮੈਡਮ ਸੰਤੋਸ਼ ਕਟਾਰੀਆ ਜੀ ਦਾ, ਸਤਵੀਰ ਜੀ ਦਾ, ਬਾਦ ਸਾਹਿਬ ਦਾ, ਸਰਹਾਲ ਸਾਹਿਬ ਦਾ, ਕਿ ਆਪਾਂ ਇੱਕ ਜੁਆਇੰਟਲੀ ਮੀਟਿੰਗ ਕਰਕੇ ਇਸ ਮਿੱਲ ਦੀ ਬਿਹਤਰੀ ਵਾਸਤੇ ਕਿ ਕਿੱਦਾਂ ਇਹ ਮਿੱਲ ਦੀ ਬਿਹਤਰੀ ਹੋ ਸਕਦੀ ਆ। ਮੈਂ ਸਾਰੇ ਲੀਡਰਾਂ ਦਾ ਧੰਨਵਾਦ ਕਰਦਾ ਕਿ ਪਾਰਟੀਬਾਜ਼ੀ ਤੋਂ ਪਰੇ ਹਟ ਕੇ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਜੁਆਇੰਟਲੀ ਇਲੈਕਸ਼ਨ ਕਰਾਇਆ, ਔਰ ਮੈਂ 6 ਹੀ ਡਾਇਰੈਕਟਰ ਜਿਹੜੇ ਅੱਜ ਇੱਥੇ ਚੁਣੇ ਗਏ ਆ, ਚੇਅਰਮੈਨ ਸਾਹਿਬ, ਉਹਨਾਂ ਦੀ ਟੀਮ, ਸਮੁੱਚੀ ਟੀਮ ਨੂੰ ਵਧਾਈ ਦਿੰਦਾ, ਔਰ ਨਾਲ ਵਿਸ਼ਵਾਸ ਦਿਵਾਉਂਦਾ ਕਿ ਅਸੀਂ ਹਰ ਟਾਈਮ ਇਸ ਮਿੱਲ ਦੀ ਬਿਹਤਰੀ ਲਈ ਕੰਮ ਕਰਾਂਗੇ, ਕਿਉਂਕਿ ਸਾਡੇ ਇਲਾਕੇ ਦਾ ਇੱਕੋ ਹੀ ਅਧਾਰਾ ਆ ਜਿਹੜਾ ਕਮਰਸ਼ੀਅਲ ਵੱਡੀ ਅਧਾਰਾ ਹੈ, ਵੀ ਜਿੱਥੇ ਸਾਡੇ ਇਲਾਕੇ ਦੇ ਲੋਕ, ਵਰਕਰ, ਬੱਚੇ ਕੰਮ ਕਰਦੇ ਆ, ਔਰ ਕਿਸਾਨ ਵੀਰਾਂ ਨੂੰ
जितों फायदा होंदा है और साड़ी सरकार ने जिहड़ा गन्ने की अदायगी की आ भी एक मिसाल आ। और आने वाले दिनों के मैं GM साहब नूं बेनती करदा, चेयरमैन साहब नूं बेनती करदा कि मैनू जो पता लगा कि 2009 तो कोई भी मुलाजम तुसीं पक्का नहीं किया। और मेरी तो यही बेनती है चेयरमैन साहब अगे कि एजेंडे दे विच पहली आइटम मुलाजमान के पक्ष की लियाओ कि जिन्हें मुलाजम पक्के होने वाले आ उन्होंने पक्के करिए कि पता लग सके कि बदलाव आया, मिल च भी बदलाव आया। और पिछली सरकार जिहड़ी कि 1.5 साल तो ये डायरैक्टर चुन के इलैक्शन नहीं सी कराती, सिर्फ अपने हितों लई, उन्होंने डर सी कि कित दूजा बंदा ना चेयरमैन बन जाए और एवें लटकई गई। और अज मैं पता लगा कि अज जो चोन होन लगी तो बाहर तड़फ रहे थे, साडे मंत्री साहब न शिकायतां ला रहे थे, जो मंत्री साहब ना MLA मैडम ने गल की और दसे सारे हालात तो उन्होंने सानू इशारा किया कि तुसीं इलैक्शन कराओ। उन्हां को सिर्फ शरारतां आ, तुहाडे को काम आ, इसलिए मैं बेनती करदा कि तुसीं सारे ही तकड़े होकर काम करो, सरकार तुहाडे नाल आ। वाहिगुरू जी का खालसा, वाहिगुरू जी की फतह। अज नवांशहर विखे शुगर मिल की जो इलैक्शन हुई है बहुत ही शांतमई एक परिवारक रिश्ते की तरह इलैक्शन हुई है। साडे सारे ही सरकार योग जिन्ने लीडर साहबान भावें वक् वक् जिन्नियां पार्टियां दे इत्थे आए हैं, बाद साहब सतवीर जी साढ़े मेरे नाल साथी ललित मोहन पाठक जी, भैन जी MLA संतोष कटारिया जी और सारे ने रल मिल के अज इत्थे एक उदाहरण पेश किया है कि पार्टीबाजी तो उपर उठ के भी एक भाईचारक सांझ दे नाल भी चंगे अदारे चलाए जा सकते हैं। अज मैं इस मौके पर सोहन सिंह उप्पल जी नूं, सरताज जी नूं, भैन जी वरिंदर कौर जी, हरिपाल जाटली जी और सारे डायरैक्टर साहबान बधाई दिना और ये आस रखता कि आने वाले समय में इस अदारे की उन्नति दे बढ़ चढ़ के अपना योगदान पाएंगे और अपने जो इन्हों अज रुतबा जो सेवा मिली है उसमें बाखूबी निभाएंगे। और जो किसानों के हित दे क्योंकि सारा काम करता है कि हर वक्त किसानों की भलाई दे और जो इतने मुलाजम हैं उन्होंने पक्के करने के आने वाले समय में बहुत बड़ा योगदान पाएंगे। सो मैं अब सारे बधाई दिना हाँ और मैं ये विश्वास भी दवाना हाँ कि जो आम आदमी पार्टी की सरकार है वो लोगों की सरकार है, सांझी सरकार है, पंजाब के लोगों ने बड़ी आसा रख के बनाई है। और अज उस गल का ये इतने एक उदाहरण पेश हुई है कि सरकार ने दे आम आदमी पार्टी की सरकार के बहुत ही सांझे रूप के इलैक्शन नेपड़े चढ़ी है और इस दे लई मैं सारे का ही दिल दी गराइया तो धन्यवाद करता हाँ और चुने हुए नुमाइंदियां नूं बधाई दिंदा और आस रखदा कि आने वाले समय में इस अदारे की तरक्की के लिए यह बढ़ चढ़ के अपना एक दिन रात लाएंगे जी। बहुत बहुत धन्यवाद।